गल बिल्कुल दुरुस्त है जी, तुसी उत्थे जाके प्रचार कीता सीगा राजस्थान दे विच भी भाई आम आदमी पार्टी नूं वोटिंग ना करो। बिल्कुल जी बिल्कुल सच्चाई है इस गल दे विच, जिहड़ा मुलाजमां नाल खिया उहदा कख ना रहा। जिहड़ी आने वाली जिहड़ी चोणां वा MP चोणां उहदे च वी इहनां दी जमानतां जब्त होणगीआं। ਭਗਵੰਤ ਮਾਨ ਬੰਦਾ ਹੀ ਕਹਿੰਦਾ ਤੁਹਾਡੀ ਮੈਂ ਪਹਿਲ ਦੇ ਆਧਾਰ ਤੇ ਮੰਗ ਚੱਕਾਂਗੇ, ਇਹ ਕਹਿੰਦਾ ਅਸੀਂ ਉਸੇ ਚੱਕਰ 'ਚ ਇਹਨੂੰ ਵੋਟ ਪਾ ਦਿੱਤੀ ਜੇ ਤੁਹਾਡਾ ਕਿ ਠੀਕ ਹੈ ਜੀ ਬਦਲਾਅ ਆਊਗਾ। ਪਰ ਉਹ ਭਗਵੰਤ ਮਾਨ ਦਾ ਹੁਣ ਵਾਅਦਾ ਵਫਾ ਨਹੀਂ ਹੋਇਆ, ਉਹ ਬੇਵਫਾ ਹੋ ਗਿਆ ਭਗਵੰਤ ਮਾਨ ਅੱਜ। ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਨੇ, ਉਹ ਕਹਿੰਦੇ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਜਿੱਤਾਂਗੇ, ਉਹਦੇ ਬਾਰੇ ਕੀ ਖਿਆਲ ਹੈ? ਸਰ ਖਾਦੀ ਪੀਤੀ 'ਚ ਦੇ ਭਗਵੰਤ ਮਾਨ ਨੇ 14 ਵੀ ਕਹਿਤਾ ਸੀ, 13 ਵਿੱਚ 14 ਜਿੱਤ ਜਾਂਗੇ। ਹੁਣ ਚੌਥੀ ਸਟੇਟ ਜਿਹੜੀ ਪੰਜਾਬ 'ਚ MP ਇਲੈਕਸ਼ਨ ਦੀ ਹੈ, ਕਹਿੰਦੇ ਅਸੀਂ 13 ਸੀਟਾਂ ਜਿੱਤਾਂਗੇ, ਅਤੇ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਉਹ 13-3 ਤੇ ਆਉਂਦੀ ਹੈ ਕਿ 0 ਤੇ ਆਉਂਦੀ ਹੈ। 2024 ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ, ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਮਿਲਦਾ, ਇਹਨਾਂ ਨੇ ਅੱਗੇ ਹੋਣਾ, ਮੁਲਾਜ਼ਮਾਂ ਨੇ ਝੰਡੇ ਲਾ ਕੇ ਪਿੱਛੇ ਹੋਣਾ। ਜਿਹੜੀ ਆਮ ਪਗਲੀ ਜਿਹੜੇ ਸਤਾਏ ਹੋਏ ਲੋਕ ਨੇ, ਜਦੋਂ ਇਹ ਆਪਣੀ 'ਤੇ ਆਈ 'ਤੇ ਆ ਜਾਣ, ਇਹ ਵੱਡੇ ਵੱਡੇ ਰਾਜੇ ਮਹਾਰਾਜੇ ਨੂੰ ਤਖਤ ਤੋਂ ਥੱਲੇ ਲਾ ਦਿੰਦੇ ਨੇ। ਪੁਰਾਣੀਆਂ ਸਰਕਾਰਾਂ ਸੀਗੀਆਂ ਇਹਨਾਂ ਦੇ ਡਾਂਗਾ ਮਾਰਦੀਆਂ ਸੀ, ਉਹ ਸਹੀ ਸੀਗੀਆਂ, ਇਹ ਤਾਂ ਆਮ ਆਦਮੀ ਪਾਰਟੀ ਤਾਂ ਇਹਨਾਂ ਨੂੰ ਕੁਛ ਕਹਿੰਦੀ ਨਹੀਂ, ਨਜਾਇਜ਼ ਫਾਇਦਾ ਲੈ ਰਹੇ ਨੇ। ਸਰ ਇਹਨਾਂ ਨੂੰ ਪੁੱਛੋ, ਇਹਨਾਂ ਦੇ ਲੀਡਰ ਸਾਹਿਬਾਨਾਂ ਨੂੰ ਪੁੱਛੋ, ਜਿਹੜੀ ਸੰਗਰੂਰ ਪਿੱਛੇ ਇੰਨਾ ਲਾਠੀਚਾਰਜ ਤੁਸੀਂ ਸਾਡੀ ਧੀਆਂ ਭੈਣਾਂ ਦੀ ਚੁੰਨੀਆਂ ਤੱਕ ਫਾੜਤੀਆਂ ਵਾ, ਸਾਡੇ ਭਰਾਵਾਂ ਦੀਆਂ ਪੱਗਾਂ ਤੱਕ ਰੋਲਦੀਆਂ, ਉਹ ਕਿਹੜੀ ਸਰਕਾਰ ਸੀ? ਉਹ ਬਦਲਾਅ ਵਾਲੀ ਸਰਕਾਰ ਹੀ ਸੀ। ਜਦੋਂ ਇੱਥੇ ਕੋਈ ਘਟਨਾ ਵਾਪਰਦੀ, ਡਾਂਗਾ ਚੱਲਦੀਆਂ ਹੈਗੀਆਂ ਜਾਂ ਮੁਲਾਜ਼ਮ ਸੜਕਾਂ 'ਤੇ ਰੋਲਦੇ ਹੈਗੇ ਆ, ਉਹ ਸਾਰਾ ਸੋਸ਼ਲ ਮੀਡੀਆ ਰਾਹੀਂ ਇਹ ਮੱਧ ਪ੍ਰਦੇਸ਼ ਜਿਹੜੀ ਹੈ ਸੀਟਾਂ ਦੀ ਇਲੈਕਸ਼ਨ ਹੋਈ ਆ, ਸਾਰਾ ਉੱਥੇ ਪਹੁੰਚ ਜਾਂਦਾ ਸੀ। ਇਹ ਸਿਰਫ ਆਵਾਜ਼ਾਂ ਹੀ ਕੱਢ ਰਹੇ, ਸਿਰਫ ਮਸ਼ਹੂਰੀਆਂ ਨਿਕਲ ਰਹੀਆਂ ਇਹਨਾਂ ਦੀਆਂ, ਹੋਰ ਇਹਨਾਂ ਦੇ ਪੱਲੇ ਕੁਛ ਵੀ ਨਹੀਂ ਹੈਗਾ। ਇਹ ਇੰਨੀ ਨਿਕੰਮੀ ਸਰਕਾਰ ਰਹੀ ਹੈ ਕਿ ਅਜੇ ਤੱਕ ਮੁਲਾਜ਼ਮ DA ਦੀ ਕਿਸ਼ਤਾਂ ਨਹੀਂ ਜਾ ਰਹੀ, ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਜੇ ਸਿਆਹੀ ਮੁੱਕੀ ਹੈ ਹਰੇ ਪੈਂਦੀ, ਤਾਂ ਅਸੀਂ ਖੁਦ ਇਹਨਾਂ ਨੂੰ ਸਿਆਹੀ ਲਿਆ ਕੇ ਦਿੰਦੇ ਹਾਂ ਸਾਡੇ ਸਾਈਨ ਕਰਨ। 11 ਰੁਪਏ ਸਗਨ ਪਾ ਕੇ ਕਹਿੰਦੇ ਕਿ ਕਿਸਾਨਾਂ ਨੂੰ ਅਸੀਂ ਸਗਨ ਪਾ ਤਾ ਵਾ, ਸਗਨ ਤੇ ਇਹ ਇਕੱਠਾ ਕਰ ਰਹੇ ਨੇ। ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ, ਕਦੀ ਕਿਸੇ MLA ਦਾ ਵਿਆਹ ਆਉਂਦਾ, ਕਦੀ ਕਿਸੇ ਮੰਤਰੀ ਦਾ ਵਿਆਹ ਆਉਂਦਾ ਵਾ। ਮੈਂ ਭਗਵੰਤ ਮਾਨ ਜੀ ਨੂੰ ਕਹੂੰਗਾ, ਤੁਸੀਂ ਵੀ 11 ਰੁਪਏ ਸਗਨ ਸਾ ਕੇ ਸਾਰ ਦੇਣਾ ਸੀ, ਵੱਡੇ ਵੱਡੇ ਪੱਬਾਂ ਦੀ ਕੀ ਲੋੜ ਸੀ, ਕਲੱਬਾਂ ਦੀ ਕੀ ਲੋੜ ਸੀ? ਇੱਕ ਪਾਸੇ ਇਹਨਾਂ ਦੇ ਲੀਡਰ ਸਾਹਿਬਾਨ, ਮੰਤਰੀ ਸਾਹਿਬਾਨ, MLA ਸਾਹਿਬਾਨ ਸਿੱਧੂ ਮੂਸੇ ਵਾਲੇ ਦੇ ਗਾਣੇ ਲਾ ਲਾ ਰੀਲਾਂ ਪਾ ਰਹੇ ਨੇ, ਉਹਨੂੰ ਇਨਸਾਫ਼ ਕਿਉਂ ਨਹੀਂ ਦਿਵਾ ਰਹੇ? ਹੁਣ ਉਹ ਸੱਤਾ 'ਚ ਆ ਗਏ ਆ, ਹੁਣ ਪਾਵਰ ਦਾ ਯੂਜ਼ ਕਰ ਰਹੇ ਆ, ਲੋਕਾਂ ਦੀ ਨਹੀਂ ਸੁਣਦੇ, ਉਹਨਾਂ ਨੂੰ ਸਿਰਫ ਆਪਣੀ ਪਾਵਰ ਦਾ ਨਸ਼ਾ ਦੇਖ ਰਿਹਾ। ਜਦੋਂ ਵੋਟਾਂ ਲੈਣੀਆਂ ਸੀ ਨਾ, ਉਦੋਂ ਤੱਕ ਆਮ ਘਰਾਂ ਦੇ ਨੌਜਵਾਨ ਸੀ, ਉਹ ਹੁਣ ਸਾਡੇ ਵਰਗਿਆਂ ਨੂੰ ਦੇਖ ਕੇ ਗਲੀ ਮੁੜ ਜਾਂਦੇ ਨੇ। ਕਿ ਉਹੀ ਮੁੱਖ ਮੰਤਰੀ ਸੀ ਜਿਹੜਾ ਸਾਨੂੰ ਚੋਣਾਂ ਦੇ ਵਿੱਚ 7 ਵਾਰੀ ਮਿਲਿਆ, ਉਹੀ ਮੁੱਖ ਮੰਤਰੀ ਹੈ ਅੱਜ, ਉਹ ਆਪਣੇ ਵਾਅਦਿਆਂ ਤੋਂ ਮੁੱਕਰ ਰਿਹਾ, ਪੈਨਲ ਮੀਟਿੰਗ ਤੋਂ ਭੱਜ ਰਿਹਾ ਵਾ। ਕਿ ਇਹਨਾਂ ਦਾ ਜਮਾਨਤਾਂ ਤੱਕ ਨਹੀਂ ਬਚਾ ਸਕੇ ਆਪਣੀਆਂ, ਸਿਰਫ ਤੇ ਸਿਰਫ ਇਹ ਸਿਰਫ ਢਕੋਸਲੇਬਾਜ਼ੀ ਹੈ, ਸਿਰਫ ਤੇ ਸਿਰਫ ਇਸ਼ਤਿਹਾਰਬਾਜ਼ੀ ਹੈ, ਹੋਰ ਕੁਛ ਨਹੀਂ ਕਰ ਰਹੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਲੋਕ ਆਵਾਜ਼ TV ਦੇਖ ਰਹੇ ਹੋ, ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਕੰਮਾਂ ਨੂੰ ਮੁੱਖ ਰੱਖ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਲੋਕਾਂ ਨੇ 92 ਉਮੀਦਵਾਰਾਂ ਨੂੰ ਜਿਤਾ ਕੇ ਜਿਹੜਾ ਵੱਡੀ ਲੀਡ ਆਮ ਆਦਮੀ ਪਾਰਟੀ ਨੂੰ ਦਿੱਤੀ ਜਾਂਦੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਤੇ ਭਰੋਸਾ ਜਿਤਾਇਆ ਜਾਂਦਾ ਹੈ ਕਿ ਜਿਹੜੇ ਇਹਨਾਂ ਵੱਲੋਂ ਮੈਨੀਫੈਸਟੋ ਰੱਖੇ ਗਏ ਨੇ ਜਾਂ ਜਿਹੜੇ ਇਹਨਾਂ ਵੱਲੋਂ ਦਾਅਵੇ ਜਾਂ ਵਾਅਦੇ ਕੀਤੇ ਗਏ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕੀਤੇ ਜਾਣਗੇ, ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਦੂਸਰੇ ਸੂਬਿਆਂ ਦੇ ਵਿੱਚ ਵੀ ਆਪਣੀ ਸਰਕਾਰ ਬਣਾਉਣ ਬਾਰੇ ਸੋਚਿਆ ਜਾਂਦਾ ਹੈ। ਤਾਂ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ 3 ਸੂਬਿਆਂ ਦੇ ਵਿੱਚ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਹਾਰਦੇ ਨੇ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੰਮਾਂ ਨੂੰ ਦਿਖਾਉਂਦਿਆਂ ਹੋਇਆ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਂ ਉਹਨਾਂ ਸੂਬਿਆਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ, ਤਾਂ ਉੱਥੇ ਜਿਹੜੇ ਟੀਚਰਸ ਨੇ, ਚਾਹੇ ਆਪਾਂ ਨੋਨ ਟੀਚਿੰਗ ਸਟਾਫ ਦੀ ਗੱਲ ਕਰ ਲਈਏ, ਉਹ ਵੀ ਰਾਜਸਥਾਨ ਜਾ ਕੇ ਚੋਣ ਪ੍ਰਚਾਰ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੀ ਖਿਲਾਫਤ ਕੀਤੀ ਜਾਏ, ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕੀਤੀ ਜਾਏ। ਤਾਂ ਅੱਜ ਇਹ ਖੁਸ਼ੀ ਦੇ ਵਿੱਚ ਨਜ਼ਰ ਆ ਰਹੇ ਨੇ, ਇਹ ਉਹ ਸਟਾਫ ਹੈ ਜਿਨ੍ਹਾਂ ਵੱਲੋਂ ਰਾਜਸਥਾਨ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਵੀ ਭਾਈ ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕਰੋ। ਤਾਂ ਆਮ ਆਦਮੀ ਪਾਰਟੀ 3 ਸੂਬਿਆਂ ਦੇ ਵਿੱਚੋਂ ਹਾਰਦੀ ਹੈ, ਨੋਟਾਂ ਨਾਲੋਂ ਵੀ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਪੈਂਦੀਆਂ ਨੇ। ਗੱਲਬਾਤ ਕਰਦੇ ਹਾਂ ਭਾਈ ਸਾਹਿਬ ਉਹਨੀ ਸਾਡੇ ਨਾਲ ਮੌਜੂਦ ਨੇ, ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਗੱਲ ਬਿਲਕੁਲ ਦਰੁਸਤ ਹੈ ਜੀ, ਤੁਸੀਂ ਉੱਥੇ ਜਾ ਕੇ ਪ੍ਰਚਾਰ ਕੀਤਾ ਸੀਗਾ ਰਾਜਸਥਾਨ ਦੇ ਵਿੱਚ ਵੀ ਭਾਈ ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕਰੋ। ਬਿਲਕੁਲ ਜੀ ਬਿਲਕੁਲ ਸੱਚਾਈ ਹੈ ਇਸ ਗੱਲ ਦੇ ਵਿੱਚ। ਅਸੀਂ ਦੱਸਣਾ ਚਾਹੁੰਦੇ ਹਾਂ, ਅਸੀਂ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਸਰਵ ਸਿੱਖਿਆ ਅਭਿਆਨ ਅਧੀਨ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਹਾਂ। ਇਹਦੇ ਵਿੱਚ ਵੱਖਰੀਆਂ ਵੱਖਰੀਆਂ ਕੈਟਾਗਰੀਆਂ ਨੇ, ਇਹਦੇ ਵਿੱਚ ਟੀਚਿੰਗ ਸਟਾਫ ਹੈ, ਨੋਨ ਟੀਚਿੰਗ ਸਟਾਫ ਆ। ਕਹਿੰਦੇ ਆ ਕਿ ਸੱਚ ਨੂੰ
दबाया जा सकता, झुठलाया नहीं जा सकता। ठीक है जी, ये सरकार झूठा प्रचार करके आई सी, झूठा के बुनियाद पर टिकी हुई है सरकार सी, जिहड़ी कि अज बेनकाब हो गई है इलैक्शन रिजल्ट तो बाद। इन्हां दी जमानतां भी जब्त हो चुकियां ने। देखो जी, इन्होंने व्डे व्डे बोर्ड लाते, इश्तहार लाते कि असी ये डिवेलपमेंट कर रहे हैं पंजाब दे विच, इन्ना कुछ करता वा, हुण तो इन्हां दी जमानतां भी जब्त हो गईआं वे ने। इन्होंने एक पॉलिसी लियांदी सी 10 साल, जिन्होंने पॉलिसी अधीन है उन्होंने पक्का किया जाऊगा। यह सिर्फ झूठा प्रचार किया गया, जिस के रोस वजो असी राजस्थान के भी साडे साथी वध तो वध चढ़ के विरोध करके आए हैं कि यह सरकार सिर्फ झूठा के बुनियाद के उत्ते टिकी हुई सरकार है, ये सिर्फ लारेबाई वाली सरकार है। दूसरी पासे उही देख लो अपने पंजाब के सैक्रटेरिएट के मुलाजम से, ठीक है, उही जदों भगवंत मान की सरकार बनी सी उही फुलों की वर्खा कर रहे सी, उही अज नारेबाजी हो रही है सैक्रटेरिएट के भी कि मुलाजम जाग रहे हैं कि पुरानी पेंशन बहाल करो, कच्चे मुलाजम पक्के करो, डीए की किस्त जारी करो। ये इन्नी निकम्मी सरकार रही है कि अज तक मुलाजमान डीए की किस्त नहीं जा रही, कच्चे मुलाजम पक्के नहीं हुए जिहड़े कि प्रोपर पारदर्शी तरीके नाल भरते हुए हैं। उतो के लोग से राजस्थानी लोगों मिले हो, उन्होंने मुख्यमंत्री भगवंत सिंह मान ने जोड़े पंजाब के ना तो उन्होंने विश्वास किया, ना दिल्ली के मुख्यमंत्री अरविंद केजरीवाल साहब दलों का विश्वास किया। तो गलों का विश्वास क्यों कर लिया, क्यों नहीं आम आदमी पार्टी वोटिंग की? क्योंकि जी पब्लिक है वह सब जानती होंगी है, क्योंकि नेता फर्ज हों कि मैं वोट मंगा जाके सिर्फ वोट बैंक के लिए जाना हों। जी आम पगली जे सताए हुए लोग ने जदू ये अपनी तो आई तो आ जाए, यह वे वे राजे महाराजे तख्त तो थले ला देंगे। अच्छा, राजस्थानी लोगों ने उत्थे मिले हो, तुम गलबात की है कि केंद्र से जुमें उत्थे एक पासे तो आम आदमी पार्टी वालों प्रचार किया जा रहा है भी पंजाब के भाई असी यह काम कर दते जे पिछले 70 साल नहीं हुए, तुम फिर लोगों जाके की कहा जी? असी उन्होंने कहा कि जी देखो जी जिहड़ा भगवंत मान है असी भी चाहे कि बदलाव आएगा, बट ये सिर्फ बदलाव आया वा कि इन्होंने सिर्फ अपने कुछ भी बदलाव नहीं किया, सिर्फ तो सिर्फ लारेबाजी की है, इश्तहारबाजी की, बोर्ड लाए आ। असी उन्होंने अगर अपना पक्ष रखिया कि देखो जी असी पंजाब के वसनीक हाँ, असी पंजाब के दफ्तर के सिक्ख्या विभाग के दफ्तर काम कर रहे हैं, स्कूलों के काम रहे हैं। ये सरकार ने सत्ता के आने यही मुख्यमंत्री भगवंत मान सिंह कहता सी कि सब तो जो मेरा हरा पेन है और कच्चे मुलाजमान पक्का करने लिए चलेगा, पर असी उन्होंने अपना दुखड़ा दसिया, उन्होंने साड़िया गल्ला जय समझिया कि अगर जो सरकार वादा करके आती है तो वादा खिलाफी क्यों करती है? जहन च डर नहीं है, डर नहीं सता रहा भी अभी सरकारी विभाग च नौकरी कर रहे हैं, दूसरे पास सरकार की खिलाफत कर रहे हैं? सर डर कदा, ये गुरुआ पीर की धरती है, सानू साडे गुरुआ पीर ने संघर्ष के राह तो संघर्ष से चलना सिखाया, असं जिथे साढ़े धक्का होएगा असं संघर्ष की राह अपनावे, जिथे जिथे सरकार साढ़े धक्का करेगी असं हमेशा टेबल टॉक लिए तत्पर रहे हैं। यही भगवंत मान जो जिमनी चोणा सी 7 वारी सानू कबाना दे विच मिलिया सी कि एक मुख्यमंत्री के हुक्मां नू अफसरशाही टिच नहीं जान रही, दफ्तरी कर्मचारियों की 5000 तनखा कटौती की गई है कि एक भगवंत मान मुख्यमंत्री के ऑर्डर होन ते अफसरशाही काम ना करे। असी प्रोपर चैनल भर्ती हाँ सिक्ख्या विभाग के, भावें तुसी दफ्तरी कर्मचारी लै लो सर्व सिक्ख्या अभियान अधीन, भावें IRTs लै लो, भावें लख लख नुमिंदे लै, असी प्रोपर चैनल लिखती प्रीख्या पास करके सब तो वध हुंदा रिजर्वेशन रोस्टर असी वह भी फॉलो कर रहे हैं। साडी एक मंग की सी सानू प्रोपर CSR रूल लिया के सानू पक्का किया जावे, सिर्फ तो सिर्फ सानू लारे दिते गए, लॉलीपॉप दिते गए, जिस ते रोस वजो असी पिछे ही लॉलीपॉप भी वंडे सी प्रेस क्लब के बाहर, असी लॉलीपॉप भी साड़े सी, लॉलीपॉप का पुतला बना के साड़ा कि भगवंत मान ने 7 मीटिंगां च सानू लॉलीपॉप तो सिवा कुछ नहीं दिता। तुसी कह रहे हो भी मतलब कितने कितने तुहाड़ियां गल्लां तो ऐ लगदा कि तुसी आम आदमी पार्टी की कारगुजारी तो खुश नहीं हैगे, पर कई केजरीवाल साहब पंजाब आउंदे ने कहिंदे असीं 13 दीआं 13 सीटां जिहड़ियां लोक सभा दीआं चोणां होणगीआं जित्तांगे, उहदे बारे की ख्याल है? सर खादी पीती च तेरे भगवंत मान ने 14 भी कहता सी, 13 विच 14 जित जांगे। सर इन्हां दी जमानतां जप्त हो गई, जप्त हो गई हैं, न्यूज़ पढ़ो कि इन्हां तक जमानतां तक नहीं बचा सके अपनियां, सिर्फ तो सिर्फ ये सिर्फ ढकोसलेबाजी है, सिर्फ तो सिर्फ इश्तहारबाजी है, होर कुछ नहीं कर रहे, सिर्फ तो सिर्फ लोगों को गुमराह कर रहे हैं। ये आने वाले कारपोरेशन चोणों के पता लग जाएगा, 2024 के MP चोणा ड्यू इन्हां नूं पता लग जाएगा कि साडी सरकार कित्थे स्टैंड कीती है। 11 रुपये सगन पा के कहिंदे कि किसानां नूं असीं सगन पाता वा, सगन तो 21 रुपये का भी हुंदा, 52 रुपये का भी हुंदा वा, सगन तो ये इकट्ठा कर रहे हैं जदों दी इन्हां दी सरकार बनी है, कदी किसे MLA का विआह आंदा, कदी किसे मंत्री का विआह आंदा वा। मैं भगवंत मान जी नूं कहूंगा तुसीं भी 11 रुपये सगन सा के सार देना सी, वड्डे वड्डे पब्बां दी की लोड़ सी, क्लबां दी की लोड़ सी।
11 रुपए सगन पा के उन्होंने भी ब्याह सार देना सी। वो तो कहते असी बदलाव किया है, जो पिछले 70 साल बदलाव नहीं होया, असी पंजाब के लोगों को बदला दिता है। बहुत सारिया अपन जड़िया प्राप्तियां गिना रहे हैं जी। वो सर एक भी मैनू चीज़ दिखा रहे जो इन्होंने बदलाव किया वा। इतों तुम सिंपली गल लै लो, रविदास तो नकोदर सतगुरु रविदास चौंक तो नकोदर चौंक तक जाना हो सारी सड़क टुटी पई है। की बदलाव किया वा? ना कोई डिवेलपमेंट की, डिवेलपमेंट पक्षों लोग बेरोजगारी मर रहे हैं, ठीक है ना, बेरोजगारी मिल नहीं रही, पंजाब नशे के हथ बस पै गया, रोज़ आए दिन लुट्टां खूहां हो रही ने, गोलीकांड हो रहे हैं, कितने लॉ एंड ऑर्डर? ये सब शगूफे ही छड़ रहे हैं भगवंत मान जी, होर कुछ नहीं कर रहे। भाई जी तुम कमेंट पढ़ते होंगे जो, मान लो टीचर्स की असं इंटरव्यू करते हैं, हेठा लोग कमेंट करते हैं भी भाई पुरानिया सरकार इन्हें तो डांगा मार दियां सी, वह सही सगियां, ये आम आदमी पार्टी तो इन्हों कुछ कहती नहीं, नजायज़ फायदा लै रहे हैं। सर इन्हों पुछो, इन्हों के लीडर साहबानों पुछो, जी संगरूर पिछे ही इन्ना लाठीचार्ज तुम साड़ी धियां भैनों की चुनिया तक फाड़ती वा, साढ़े भरावान पगों तक रोल दियाँ, वो कि सरकार से? वह बदलाव वाली सरकार ही, वह बदलाव वाली सरकार ही जी सू सड़क से रोल रही है। सानू कोई शौक नहीं है, असी इन्होंने खुला सद्दा दिता सी लुधियाना डिबेट च, असी मिलन गए सी, साढ़े लिए भी दरवाजे बंद हो गए, डिबेट भी बंद हो, खाली कुर्सियां नाल डिबेट कर रहे, असी भी कहने कि भगवंत मान साहब साढ़े नाल भी डिबेट करो, तुसीं साढ़े नाल वादा किया सी जिमनी चोणां दे विच तुहानूं पैनल मीटिंग दूंगा, कित्थे गई वो पैनल मीटिंग? सिर्फ तो सिर्फ लारेबाजी वाली सरकार आ जी, होर कुछ नहीं है। इन्हां दे आने वाली जी जिमनी चो अपने जी आने वाली जी चोणां वा एम पी चोणां, उहदे भी इन्हां दी जमानत जब्त होणगियां, जिहड़ा मुलाजमां नाल खिया उहदा कख ना रहा। ਵੱਡੀ ਗੱਲ ਕਹਿ ਰਹੇ ਹੋ ਜੀ, ਜਮਾਨਤਾਂ ਜ਼ਬਤ ਹੋਣਗੀਆਂ, ਉਹ ਤਾਂ ਕਹਿੰਦੇ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਦਾਵਾ ਕਰ ਰਹੇ ਨੇ ਵੀ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ। ਸਰ ਮੈਂ ਉਹੀ ਕਹਿੰਦਾ ਨਾ, ਭਗਵੰਤ ਮਾਨ ਜੀ ਖਾਧੀ ਪੀਤੀ ਜੇ 14 ਸੀਟਾਂ ਵੀ ਕਹਿ ਗਏ ਸੀ, ਇਹ ਸਿਰਫ ਸ਼ਗੂਫੇ ਛੱਡ ਰਹੇ ਨੇ, ਹੋਰ ਕੁਛ ਨਹੀਂ ਇਹਨਾਂ ਦੇ ਪੱਲੇ ਰਹਿ ਗਿਆ ਹੁਣ, ਸਿਰਫ ਤੇ ਸਿਰਫ ਜੋ ਕੇਜਰੀਵਾਲ ਜੀ ਕਹਿ ਰਹੇ ਨੇ ਬਸ ਉਹੀ ਕਰ ਰਹੇ ਨੇ, ਇਹਨਾਂ ਦੇ ਆਪਣੇ ਹੱਥ ਵਸ ਕੇ ਕੁਛ ਨਹੀਂ ਹੈਗਾ। ਦੇਖੋ ਇੱਕ ਮੁੱਖ ਮੰਤਰੀ ਦੇ ਹੁਕਮ ਹੋਣ, ਇੱਕ ਸਾਡੇ ਦਫ਼ਤਰੀ ਮੁਲਾਜ਼ਮਾਂ ਨੂੰ, ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮਾਂ ਨੂੰ ਲੰਮਾ ਸਮਾਂ ਹੋ ਗਿਆ ਸੰਘਰਸ਼ ਕਰਦੇ, ਅਸੀਂ ਪ੍ਰੋਪਰ ਚੈਨਲ ਭਰਤੀ ਹੈ, ਇੱਕ ਮੁੱਖ ਮੰਤਰੀ ਦੇ ਆਰਡਰ ਨੂੰ ਅਫਸਰ ਸ਼ਾਇਦ ਟਿੱਚ ਨਹੀਂ ਜਾਣ ਕੇ, ਦੇਖੋ ਹਰਪਾਲ ਚੀਮਾ ਨੂੰ ਅਸੀਂ ਮਿਲੇ, ਦੱਸੋ ਕਿਹੜੇ ਮੁੱਖ ਮੰਤਰੀ ਨੂੰ, ਕਿਹੜੇ ਮੰਤਰੀ ਨੂੰ ਅਸੀਂ ਨਹੀਂ ਮਿਲੇ? 7 ਵਾਰੀ ਮੁੱਖ ਮੰਤਰੀ ਨੂੰ ਮਿਲੇ, ਹਰਪਾਲ ਚੀਮਾ ਸਾਹਿਬ ਜੀ ਨੂੰ ਮਿਲੇ ਆ, ਠੀਕ ਹੈ ਜੀ, ਜਿਹੜੇ ਜਿਹੜੇ ਇਹਨਾਂ ਦੇ ਜਿਮਨੀ ਚੋਣਾਂ ਦੌਰਾਨ ਇਹਨਾਂ ਦੇ ਮੰਤਰੀ ਆਏ, MLA ਸਾਹਿਬਾਨ ਆਏ, ਸਾਰਿਆਂ ਨੂੰ ਮਿਲੇ ਆ, ਬਟ ਦੇਖੋ ਸਾਡੇ ਹਾਲੇ ਤੱਕ ਵੀ ਮੰਗ ਕੋਈ ਵੀ ਪੂਰੀ ਨਹੀਂ ਹੋਈ, ਸਿਰਫ ਤੇ ਸਿਰਫ ਲਾਰੇਬਾਜ਼ੀ ਦਿੱਤੀ ਜਾ ਰਹੀ ਹੈ। ਜਿਹੜੀਆਂ 3 ਸੂਬਿਆਂ ਦੇ ਵਿੱਚ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ, ਮੁੱਖ ਤੌਰ ਤੇ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਕਿਹੜੀਆਂ ਕਾਰਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨਹੀਂ ਜਿੱਤੀ ਉੱਥੇ? ਦੇਖੋ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਤੁਹਾਨੂੰ ਮੈਂ ਪਹਿਲੇ ਵੀ ਕਿਹਾ ਕਿ ਜਿਹੜਾ ਮੁਲਾਜ਼ਮਾਂ ਨੇ ਕਿਹਾ ਉਹਦਾ ਕੱਖ ਨਾ ਰਿਹਾ, ਮੁਲਾਜ਼ਮ ਵੀ ਇੰਨੇ ਹੁਣ ਹਾਈ ਹੋ ਗਏ ਨੇ ਕਿ ਹਰ ਇੱਕ ਬੰਦਾ ਸੋਸ਼ਲ ਮੀਡੀਆ ਯੂਜ਼ ਕਰ ਰਿਹਾ। ਤੁਸੀਂ ਕੰਪਿਊਟਰ ਟੀਚਰਾਂ ਦੇ ਸੰਘਰਸ਼ ਵੀ ਤੁਸੀਂ ਉਹਨਾਂ ਦੀ ਕੀਤੀ ਹੋਣੀ ਹੈ, ਕੋਈ ਇੰਸਟਾ ਖੋਲ ਕੇ ਦੇਖ ਲਓ, ਟਵਿੱਟਰ ਖੋਲੋ, ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਲਾਰੇਬਾਜ਼ੀ ਸੀ ਉਹ ਸਾਰੇ ਜਗ ਜ਼ਾਹਿਰ ਕਰ ਰਹੇ ਨੇ। ਇਹੀ ਸਿੱਖਿਆ ਮੰਤਰੀ ਕਹਿੰਦੇ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਉਹ ਤਾਂ ਸਿਰਫ ਲੋਲੀਪੋਪ ਵੀ ਦਿੱਤਾ ਵਾ, ਤੋਹਫ਼ਾ ਤਾਂ ਕੋਈ ਦਿੱਤਾ ਹੀ ਨਹੀਂ। ਉਹ ਅੱਜ ਵੀ ਸੜਕਾਂ 'ਤੇ ਨੇ, ਪਹਿਲੇ ਵੀ ਸੜਕਾਂ 'ਤੇ ਸੀ, ਇੱਦਾਂ ਹੀ ਨੋਨ ਟੀਚਿੰਗ ਸਟਾਫ ਹੈ, ਉਹ ਪਹਿਲੇ ਵੀ ਸੜਕਾਂ 'ਤੇ ਸੀ, ਅੱਜ ਵੀ ਸੜਕਾਂ 'ਤੇ ਨੇ, ਸਿਰਫ ਤਾਂ ਸਿਰਫ ਲਾਰੇਬਾਜ਼ੀ ਦੇ ਰਹੇ ਨੇ, ਹੋਰ ਕੁਛ ਨਹੀਂ ਦੇ ਰਹੇ। ਸੋਸ਼ਲ ਮੀਡੀਆ ਇੱਕ ਐਸਾ ਵਾ ਕਿ ਹੁਣ ਇਹਨਾਂ ਨੂੰ ਇਹ ਦੇਖੋ ਜੀ ਇੱਥੇ ਤੱਕ ਆ ਗਏ ਆ ਕਿ ਇਹਨਾਂ ਦੀ IT ਟੀਮ ਇਹਨਾਂ ਨੇ ਬਣਾਈ ਹੋਈ ਹੈ, ਜਿਹੜਾ ਕੋਈ ਸਰਕਾਰ ਦੇ ਖਿਲਾਫ਼ ਕਮੈਂਟ ਕਰਦਾ, ਸਰਕਾਰ ਦੇ ਝੂਠਾਂ ਨੂੰ ਜੱਗ ਜਾਰੀ ਕਰਦਾ ਵਾ, ਉਹਦਾ ਕਮੈਂਟ ਹੀ ਡਿਲੀਟ ਕਰ ਦਿੰਦੇ ਆ, ਇੱਥੋਂ ਤੱਕ ਲਾ ਲਓ ਤੁਸੀਂ। ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਜੀ, ਆਮ ਆਦਮੀ ਪਾਰਟੀ ਦੀ ਰਾਜਸਥਾਨ ਦੇ ਵਿੱਚ ਵੀ ਹਾਰ ਹੋਈ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਹਾਰੀ ਹੈ, ਅਤੇ ਛੱਤੀਸਗੜ੍ਹ ਦੇ ਵਿੱਚ ਵੀ ਕੋਈ ਵੀ ਉਮੀਦਵਾਰ ਨਹੀਂ ਉਹਨਾਂ ਦਾ ਜਿੱਤਿਆ, ਕੀ ਖਿਆਲ ਹੈ ਜੀ ਇਹਦੇ ਬਾਰੇ? ਦੇਖੋ ਜੀ ਇੱਦਾਂ ਆ, ਪੰਜਾਬ ਦੇ ਵਿੱਚ ਜਦੋਂ ਇਹ ਸਰਕਾਰ ਆਈ ਸੀਗੀ ਉਸ ਟਾਈਮ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀਗੇ, ਅਸੀਂ ਵੋਟਾਂ ਪਾ ਕੇ ਇਹਨਾਂ ਨੂੰ 92 ਜਿਹੜੇ ਹੈਗੇ ਆ ਇਹਨਾਂ ਦੇ ਵਿਧਾਇਕ ਇਹ ਬਣਾਏ, ਅਤੇ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਅਕਾਲੀਆਂ ਨੇ ਕਾਂਗਰਸ ਸਾਰਾ ਸਾਡਾ ਨਹੀਂ ਸੜ ਸੁਣੀ ਤਾਂ ਸ਼ਾਇਦ ਇਹ ਕੁਝ ਸੁਣ ਲੈਣਗੇ, ਬਟ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੇ ਸਾਨੂੰ ਜਿਹੜਾ ਹੈਗਾ ਆ ਬੇਵਕੂਫ ਬਣਾਇਆ, ਮੁਲਾਜ਼ਮਾਂ ਨੂੰ, ਸਾਰੇ ਕਿਸਾਨਾਂ ਨੂੰ, ਸਾਰੇ ਜਿਹੜੇ ਹੈਗੇ ਆ ਵਰਗ ਹੈਗੇ ਆ, ਅਤੇ ਜਿਹਦੇ ਵਿੱਚ ਹੈਗੇ ਆ ਉਹਦੇ ਵਿੱਚ ਕਾਰਨ ਕੀ ਹੈਗੀ, ਜਦੋਂ ਅਸੀਂ ਸਾਡੇ ਜਿਹੜੇ ਆ ਸਾਨੂੰ 18 ਆਪਣੇ SSL ਟੀਚਰ ਜਿਹੜੇ ਹੈਗੇ ਆ ਉਹ 18 ਸਾਲ ਦੇ ਵਿੱਚ ਜਿਹੜੇ ਹੈਗੇ ਆ ਇਹ ਪੱਕੇ ਕਰਤੇ ਗਏ, ਹਾਂਜੀ, ਅਤੇ ਉਸ ਤੋਂ ਬਾਅਦ ਜਿਹੜੇ IRT ਸਪੈਸ਼ਲ ਦਿਵਿਆਂਗ ਬੱਚਿਆਂ ਜਿਹੜੇ ਹੈਗੇ ਅਧਿਆਪਕ ਪੜ੍ਹਾ ਰਹੇ ਹੈਗੇ ਆ ਉਹਨਾਂ ਨੂੰ ਇਹ ਛੱਡਤਾ ਗਿਆ, ਜਦਕਿ ਇਹਨਾਂ ਦਾ ਪਹਿਲਾਂ ਹੱਕ ਸੀਗਾ, ਠੀਕ ਹੈ ਜੀ, ਪੱਕੇ ਕਰਨ ਦਾ। ਉਸ ਤੋਂ ਬਾਅਦ ਜਿਹੜੀ ਹੈਗੇ 17 ਤੋਂ ਲੈ ਕੇ 23 ਤੱਕ ਜਿਹੜਾ ਸਾਡੀ ਹੈਗੀ ਆ ਬਿਨਾਂ ਦੱਸਿਆਂ ਸਾਨੂੰ, ਅਸੀਂ ਗ੍ਰੇਡ ਪੇ ਦੇ ਵਿੱਚ ਆਏ ਹੋਏ ਸੀਗੇ, ਬਿਨਾਂ ਦੱਸਿਆਂ ਸਾਡੀ ਜਿਹੜੀ ਹੈਗੀ ਆ ਸਾਨੂੰ ਲੰਬਸਮ ਸਾਡੀ ਸੈਲਰੀ ਕਰਤੀ ਗਈ, ਅਤੇ 17 ਤੋਂ ਲੈ ਕੇ 23 ਤੱਕ ਸਾਡੀ ਜਿਹੜੀ ਹੈਗੀ ਆ 5000 ਦਾ ਕੱਟ ਮਾਰਿਆ ਗਿਆ, ਔਰ ਸਾਡਾ ਜਿਹੜਾ ਹੈਗਾ 2014 ਦਾ ਜਿਹੜਾ ਸੀਗਾ 9 ਮਹੀਨਿਆਂ ਦਾ ਸਾਡਾ ਏਰੀਅਰ ਜਿਹੜਾ ਹੈਗਾ ਆ ਉਹ ਸਰਕਾਰ ਦੱਬੇ ਬੈਠੀ ਆ, ਠੀਕ ਨਹੀਂ, ਕਿਉਂਕਿ ਜੇ ਅਸੀਂ ਕਹਿੰਦੇ ਹੈਗੇ ਹਾਰਨ ਦਾ ਕਾਰਨ, ਕਿਉਂਕਿ ਹਾਰਨ ਦਾ ਕਾਰਨ ਇਹ ਹੈਗੀ ਆ ਕਿ ਸੋਸ਼ਲ ਮੀਡੀਆ ਯੁੱਗ ਹੈਗਾ ਆ, ਕਿਉਂਕਿ ਜੇ ਹੁਣ ਸੋ ਲੋਕ ਜਿੰਨਾ ਮਰਜ਼ੀ ਭਗਵੰਤ ਮਾਨ ਜਾਂ ਕੇਜਰੀਵਾਲ ਪ੍ਰਚਾਰ ਕਰ ਲੈਣ,
ਠੀਕ ਨਹੀਂ, ਜਦੋਂ ਉਹਨਾਂ ਨੂੰ ਪਤਾ ਹੈਗਾ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਵਰਗ ਹੈਗੇ ਕੋਲ ਸੰਗਰੂਰ ਟੈਂਕੀਆਂ ਚੜ੍ਹੇ ਹੈਗੇ ਆ, ਭਗਵੰਤ ਮਾਨ ਦੇ ਘਰ ਬਿਲਕੁਲ ਲਾਗੇ ਹੋ ਗਏ ਟੈਂਕੀ ਚੜ੍ਹੇ ਹੋਏ ਆ, ਭਗਵੰਤ ਮਾਨ ਨੂੰ ਦਿਖਾਈ ਨਹੀਂ ਦੇ ਰਿਹਾ, ਜਾਂ ਕਦੇ ਬੋਲਾ ਹੋ ਚੁੱਕਾ ਆ ਜਾਂ ਫਿਰ ਗੂੰਗਾ ਹੋ ਚੁੱਕਾ ਆ, ਠੀਕ ਨਹੀਂ, ਇਸ ਕਰਕੇ ਉਹਨੂੰ ਇਸ ਕਰ ਟੈਂਕੀ ਚੜ੍ਹੇ ਹੋਏ ਆ, ਲੋਕ ਦੇਖਦੇ ਆ ਵੀ ਭਗਵੰਤ ਮਾਨ ਦੇ ਘਰ ਦੇ ਮੁੱਖ ਮੰਤਰੀ ਹੈਗਾ ਆ, ਉਹਦੇ ਘਰ ਦੇ ਲਾਗੇ ਟੈਂਕੀ ਚੜ੍ਹੇ ਹੋਏ ਆ, ਅਤੇ 170 ਦਿਨ ਹੋ ਗਏ ਆ, ਠੀਕ ਨਹੀਂ, ਇਸ ਤਰ੍ਹਾਂ ਸੰਗਰੂਰ ਦੇ ਵਿੱਚ ਡਾਂਗਾ ਚੱਲ ਰਹੀਆਂ ਹੈਗੀਆਂ ਆ, ਠੀਕ ਨਹੀਂ, ਬਹੁਤ ਸਾਰੀਆਂ ਇਹਨਾਂ ਲੋਕਾਂ ਨੂੰ ਜਿਹੜੀਆਂ ਹੈਗੀਆਂ ਇੱਕ ਜਗਾਇਆ, ਹਾਂਜੀ, ਭਾਵਨਾ ਜਗਾਈਆਂ ਜਿਹੜੀਆਂ ਕਿ ਉਹਨਾਂ ਕੋਈ ਨਹੀਂ ਪੂਰੀਆਂ ਕੀਤੀਆਂ। ਤੁਸੀਂ ਰਾਜਸਥਾਨ ਗਏ ਸੀਗੇ, ਫਿਰ ਲੋਕਾਂ ਨੇ ਕੀ ਗੱਲਬਾਤ ਕੀਤੀ? ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਕਰ ਲਿਆ, ਨਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਵਿਸ਼ਵਾਸ ਕੀਤਾ, ਨਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ 'ਤੇ ਵਿਸ਼ਵਾਸ ਕੀਤਾ, ਫਿਰ ਤੁਹਾਡੀਆਂ ਗੱਲਾਂ ਦਾ ਕਿਉਂ ਵਿਸ਼ਵਾਸ ਕਰ ਲਿਆ ਜੀ ਉਹਨਾਂ ਨੇ? ਦੇਖੋ ਜੀ, ਜਦੋਂ ਆਪਾਂ ਜਾ ਕੇ ਦੁੱਖੜ ਰੋਂਦੇ ਹਾਂ, ਦੇਖੋ ਜੀ, ਤੁਸੀਂ ਇਸ ਗੱਲ ਨੂੰ ਥੋੜ੍ਹਾ ਸਮਝ ਸੋਚਿਆ ਵੋਟ ਪਾਇਓ, ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚ ਤੜਫ ਰਹੇ ਹਾਂ, ਹਾਂਜੀ, ਅਤੇ ਤੁਹਾਨੂੰ ਵੀ ਇਸ 'ਤੇ ਤੜਫਣਾ ਪਊਗਾ, ਠੀਕ ਨਹੀਂ, ਇਸ ਕਰਕੇ ਉਹ ਸਾਰੇ ਸੋਸ਼ਲ ਮੀਡੀਆ ਯੁੱਗ ਦੇ ਵਿੱਚ ਹੋਣ ਕਰਕੇ ਜਿਹੜਾ ਹੈਗਾ ਆ, ਜਦੋਂ ਇੱਥੇ ਕੋਈ ਘਟਨਾ ਵਾਪਰਦੀ, ਡਾਂਗਾਂ ਚੱਲਦੀਆਂ ਹੈਗੀਆਂ ਜਾਂ ਮੁਲਾਜ਼ਮ ਸੜਕਾਂ 'ਤੇ ਰੋਲਦੇ ਹੈਗੇ ਆ, ਉਹ ਸਾਰਾ ਸੋਸ਼ਲ ਮੀਡੀਆ ਰਾਹੀਂ ਇਹ ਮੱਧ ਪ੍ਰਦੇਸ਼ ਜਿਹੜੀ ਹੈ ਸਟੇਟਾਂ 'ਚ ਇਲੈਕਸ਼ਨ ਹੋਈ ਆ, ਸਾਰਾ ਉੱਥੇ ਪਹੁੰਚ ਜਾਂਦਾ ਸੀ। ਅੱਛਾ, 2024 ਦੀਆਂ ਚੋਣਾਂ ਆਉਣ ਵਾਲੀਆਂ ਨੇ, ਤੁਹਾਡੇ ਵੱਲੋਂ ਕੋਈ ਰਣਨੀਤੀ ਲਿਖੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ, ਜੇਕਰ ਤੁਹਾਡੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਜਾਂਦਾ? ਦੇਖੋ ਜੀ, ਜੇ ਤਾਂ ਇਹਨਾਂ ਬਹੁਤ ਕੁਛ ਲੋਲਪੋਪਤ ਹੈਗੇ ਆ, ਕਿਉਂਕਿ ਜਦੋਂ ਜਿੰਮੀ ਚੋਣ ਹੋਈ ਸੀਗੀ, ਜਿੰਮੀ ਚੋਣ ਹੋਣ ਦੇ ਕਾਰਨ ਇਹਨੇ ਬਹੁਤ ਸਾਰਾ ਸਾਨੂੰ ਦੱਸਿਆ ਵੀ ਤੁਹਾਡਾ ਇਹ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਪੱਕੇ ਕਰ ਦੇਵਾਂਗੇ। ਪਹਿਲੇ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਸੀ, ਜਿਹੜੀ ਕੈਬਨਿਟ ਪਹਿਲੀ ਮੀਟਿੰਗ ਹੋਏਗੀ ਜਦੋਂ ਸਾਡੀ ਸਰਕਾਰ ਬਣੇਗੀ, ਅਤੇ ਜਿਹੜਾ ਗ੍ਰੀਨ ਪੈਨ ਹੈਗਾ ਆ ਚੱਲੂਗਾ, ਜਾਂ ਤਾਂ ਉਸ ਪਿੰਡ ਵਿੱਚ ਸ਼ਾਹੀ ਮੁੱਕ ਗਈ ਹੋਈ ਆ, ਅਤੇ ਜਾਂ ਫਿਰ ਉਹਦਾ ਭਗਵੰਤ ਮਾਨ ਸਾਹਿਬ ਗਵਾਚ ਗਿਆ ਹੋਇਆ ਆ, ਅਤੇ ਇਸ ਕਰਕੇ ਜਿਹੜੀ ਹੈਗੀ ਜੇ ਤਾਂ ਮੁਲਾਜ਼ਮਾਂ ਦਾ ਕੁਛ ਕਰ ਦਿੰਦੇ ਹੈਗੇ ਆ, ਠੀਕ ਨਹੀਂ, ਫਿਰ ਤਾਂ ਇਹਨਾਂ ਨੂੰ 2-4 ਸੀਟਾਂ ਮਿਲ ਸਕਦੀਆਂ, ਨਹੀਂ ਤਾਂ ਫਿਲਹਾਲ ਇਹ 0 'ਤੇ ਹੀ ਆ। ਇਹਨਾਂ ਨੇ ਕਿਹਾ ਸੀ ਕਿ ਅਸੀਂ ਸੱਤਾ ਵਿੱਚ ਆਉਂਦੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ, ਨੋਟੀਫਿਕੇਸ਼ਨ ਉਦੋਂ ਹੀ ਜਾਰੀ ਹੁੰਦਾ ਜਦੋਂ ਕਿਸੇ ਚੀਜ਼ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਵਾ। ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਪੰਜਾਬ ਦੇ ਵਿੱਚ, ਨਾਲ ਹੀ ਸਾਡੇ ਨਾਲ ਦੇ ਸੂਬੇ ਹਿਮਾਚਲ ਦੇ ਵਿੱਚ। ਇੱਥੇ ਇਹ ਐਲਾਨ ਕਰ ਰਹੇ ਨੇ, ਇਹ ਸਿਰਫ ਐਲਾਨ ਕਰ ਰਹੇ ਨੇ, ਉੱਥੋਂ ਦੀ ਸਰਕਾਰ ਇੰਪਲੀਮੈਂਟ ਕਰ ਰਹੀ। ਦੇਖੋ ਜੀ ਕਿੰਨਾ ਫਰਕ ਹੈ, ਇਹ ਸਭ ਕਮੇਟੀਆਂ ਬਣਾ ਕੇ ਸਾਰ ਰਹੇ ਨੇ ਅਤੇ ਉਹਨਾਂ ਨੇ ਇੰਪਲੀਮੈਂਟ ਵੀ ਕਰਤਾ, ਇਹ ਸਿਰਫ ਲਾਰੇਬਾਜ਼ੀ ਲਾ ਰਹੇ ਆ। ਅਤੇ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਦਾ ਜਿਹੜਾ ਗੁੱਸਾ ਆ ਹੋਰ ਤੇਜ਼ ਹੋਊਗਾ, ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਕਿਉਂਕਿ ਜੇ ਇਹ ਤਖ਼ਤ 'ਤੇ ਬਿਠਾਉਣਾ ਜਾਣਦੇ ਨੇ ਤਾਂ ਤਖ਼ਤ ਤੋਂ ਲਾਹਣਾ ਵੀ ਜਾਣਦੇ ਨੇ। ਅਤੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਵਾ ਉਹ ਰੈਗੂਲਰ ਕੀਤੀਆਂ ਜਾਣ, ਕਿਉਂਕਿ ਬੜਾ ਸਾਲ ਹੋ ਗਿਆ, ਬੜਾ ਦੁੱਖ ਹੰਢਾਇਆ ਵਾ। ਇਹੀ ਭਗਵੰਤ ਮਾਨ ਧਰਨਿਆਂ ਦੇ ਵਿੱਚ ਆਉਂਦਾ ਸੀ, ਇਹੀ ਇਹਨਾਂ ਦੀ ਮੰਤਰੀ ਗਗਨ ਨੌਜਵਾਲ ਧਰਨਿਆਂ ਦੇ ਵਿੱਚ ਆਉਂਦੀ ਕਿ ਆਹ ਦੇਖੋ ਅਧਿਆਪਕਾਂ ਨਾਲ ਮੁਲਾਜ਼ਮਾਂ ਨਾਲ ਦੇਖੋ ਕੀ ਕੀਤਾ ਜਾ ਰਿਹਾ, ਡਾਂਗਾ ਵਰਸਾ ਰਹੀਆਂ, ਇਹ ਆਪ ਹੀ ਲੋਕਤੰਤਰ ਦੀ ਹੱਤਿਆ ਕਰਦੇ ਪਏ ਨੇ। ਦੇਖੋ ਸਾਡਾ ਸੰਵਿਧਾਨਿਕ ਦਰਗ, ਜੇ ਸਾਡੀ ਢਿੱਡ ਪੀੜ ਆ ਤਾਂ ਅਸੀਂ ਆਪਣੀ ਸਰਕਾਰ ਨੂੰ ਹੀ ਦੱਸਣਾ ਵਾ, ਅਸੀਂ ਬਾਹਰ ਤਾਂ ਜਾਣਾ ਹੀ ਨਹੀਂ। ਅਤੇ ਠੀਕ ਆ, ਅਸੀਂ ਇਹਨਾਂ ਨੂੰ ਦੱਸ ਰਹੇ ਹਾਂ, ਇਹਨਾਂ ਨਾਲ ਟੇਬਲ ਟਾਕ ਕਰ ਰਹੇ, ਟੇਬਲ ਮੀਟਿੰਗਾਂ ਕਰ ਰਹੀਆਂ ਨੇ, ਬਸ ਹੁਣ ਸਾਡਾ ਜਿਹੜਾ ਵਾ ਸਬਰ ਦਾ ਬੰਨ ਟੁੱਟ ਚੁੱਕਿਆ, ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ। ਦੇਖੋ ਸਾਡਾ ਇੱਕ ਜਲੰਧਰ ਵੈਸਟ ਏਰੀਆ ਵਾ, ਅਸੀਂ ਸਰਕਾਰੀ ਦੁਆਰੇ ਹਰ ਪਾਸੇ ਗਏ ਹਾਂ, ਸਾਡਾ ਐਮ ਪੀ ਹੈ ਸੁਸ਼ੀਲ ਕੁਮਾਰ ਰਿੰਕੂ, ਸਾਡੇ ਸ਼ੀਤਲ ਗੁਰਾਜ ਜੀ ਐਮ ਐਲ ਏ ਨੇ, ਸਾਡੇ ਲਾਗੇ ਹੀ ਨਾਲ ਦੇ ਆਪਣੇ ਬਲਕਾਰ ਸਿੰਘ ਜੀ ਦਾ ਜਿਹੜੇ ਨਿਕਾਏ ਮੰਤਰੀ ਨੇ ਉਹਨਾਂ ਦਾ ਘਰ ਆ, ਜਦ ਇਹਨਾਂ ਅਸੀਂ ਇਹਨਾਂ ਦੇ ਥਰੂ ਹੀ ਆਵਾਜ਼ ਪਹੁੰਚਾਉਣੀ ਹੈ, ਯਾਨੀ ਕਿ ਇਹਨਾਂ ਨੂੰ ਵੀ ਉਹ ਟਿੱਚ ਨਹੀਂ ਜਾਣ ਰਹੇ, ਜਾਂ ਕੇਜਰੀਵਾਲ ਦੇ ਹੁਕਮਾਂ ਦੇ ਸਰਕਾਰ ਚੱਲ ਰਹੀ ਹੈ ਕਿ ਭਗਵੰਤ ਮਾਨ ਦਾ ਵਿੱਚ ਕੋਈ ਰੋਲ ਹੀ ਨਹੀਂ, ਬਸ ਉਹਨੂੰ ਇੱਕ ਪੈਨ ਜਿਹਾ ਫੜਾਇਆ ਹੋਇਆ, ਬਸ ਇੱਥੇ ਸਾਈਨ ਕਰ ਦੇ ਵੀ ਇੱਥੇ। ਉਹ ਤਾਂ ਕਹਿੰਦੇ ਵੀ ਕਿ ਇਹ ਆਮ ਘਰਾਂ 'ਚ ਉੱਠੇ ਹੋਏ ਨੌਜਵਾਨ ਨੇ, ਆਮ ਘਰਾਂ ਦੀਆਂ ਗੱਲਾਂ ਬਾਤਾਂ ਕਰਨਗੇ ਵਿਧਾਨ ਸਭਾ ਦੇ ਵਿੱਚ ਜਾ ਕੇ, ਤੁਸੀਂ ਕਹਿ ਰਹੇ ਹੋ ਸਾਡੀ ਗੱਲ ਨਹੀਂ ਸੁਣ ਰਹੇ? ਉਹ ਜਿਹੜੇ ਕਹਿ ਰਹੇ ਆਮ ਘਰਾਂ ਦੇ ਨੌਜਵਾਨ ਨੇ, ਜਦੋਂ ਵੋਟਾਂ ਲੈਣੀਆਂ ਸੀ ਨਾ ਉਦੋਂ ਤੱਕ ਆਮ ਘਰਾਂ ਦੇ ਨੌਜਵਾਨ ਸੀ, ਉਹ ਹੁਣ ਸਾਡੇ ਵਰਗਿਆਂ ਨੂੰ ਦੇਖ ਕੇ ਗਲੀ ਮੁੜ ਜਾਂਦੇ ਨੇ, ਜਿਹੜੀ ਸੱਚਾਈ ਹੈ। ਹੋਇਆ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਤੁਸੀਂ ਮਿਲਣ ਗਏ ਹੋ ਕਿ ਤੁਹਾਨੂੰ ਮਿਲੇ ਨਾ ਹੁਣ? ਨਹੀਂ ਸਹੀ, ਬਥੇਰੀ ਵਾਰੀ ਹੋਇਆ, ਅਸੀਂ ਖੁਦ ਪਿਛਲੀ ਵਾਰੀ ਵੀ ਤੁਹਾਨੂੰ ਪਤਾ ਨਾ, ਸ਼ਾਇਦ ਤੁਸੀਂ ਸਾਡਾ ਕੀਤਾ ਸੀ, ਅਸੀਂ ਸ਼ੀਤਲ ਉਂਗਰਾਲ ਜੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ, ਸਾਨੂੰ ਇੱਕ ਮੀਟਿੰਗ ਤੱਕ ਨਹੀਂ ਦਵਾਈ ਗਈ। ਦੇਖੋ ਸਾਨੂੰ ਇੱਕ ਮੀਟਿੰਗ ਕੀ, ਸਾਡਾ ਕੀ ਮੇਨ ਸੀ, ਅਸੀਂ ਹਮੇਸ਼ਾ ਟੇਬਲ ਟਾਕ ਲਈ ਤਤਪਰ ਰਹਿੰਦੇ ਹਾਂ, ਇੱਕ ਮੀਟਿੰਗ ਦੀ ਮੰਗ ਸੀ ਸਾਡੀ ਕਿ ਸਾਡੀ ਸਬ ਕਮੇਟੀ ਨਾਲ ਮੀਟਿੰਗ ਕਰਾਈ ਜਾਏ ਜਾਂ ਸਾਡੀ ਭਗਵੰਤ ਮਾਨ ਜੀ ਨਾਲ ਮੀਟਿੰਗ ਕਰਾਏ। ਉਹ ਐਮ ਐਲ ਏ ਤੱਕ ਦਾ ਫੋਨ ਨਹੀਂ ਚੱਕਦੇ ਭਗਵੰਤ ਮਾਨ ਸਾਹਿਬ, ਉਹ ਸਾਡੇ ਨਾਲ ਮੀਟਿੰਗ ਹੀ ਕਰਨਗੇ, ਮੈਨੂੰ ਤਾਂ ਇਹ ਲੱਗਦਾ ਪਿਆ। ਸਰਦਾਰ ਸਾਹਿਬ, ਅਨੇਕਾਂ ਪਾਰਟੀਆਂ ਪੰਜਾਬ ਦੀ ਸੱਤਾ 'ਤੇ ਰਾਜ ਕਰਦੀਆਂ ਨੇ, ਚਾਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਦੀ ਗੱਲ ਕਰ ਲਈਏ, ਉਹਨਾਂ ਵੱਲੋਂ ਰਾਜ ਕੀਤਾ ਜਾਂਦਾ ਹੈ, ਤਾਂ ਉਹਨਾਂ ਪਾਰਟੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ? ਦੇਖੋ ਜੀ,
ਜਿਹੜੇ ਹੈਗੇ ਆ ਧਰਨੇ ਲਾਠੀ ਚਾਰਜ ਕਾਂਗਰਸ ਟਾਈਮ 'ਤੇ ਬਹੁਤ ਹੋਏ ਆ ਅਤੇ ਅਕਾਲੀਆਂ ਟਾਈਮ 'ਤੇ ਹੋਏ ਆ ਅਤੇ ਜਿਹੜੀ ਹੁਣ ਆਮ ਆਦਮੀ ਸਰਕਾਰ ਆ ਇਹ ਤੋਂ ਹੱਦ ਹੀ ਟੱਪ ਗਈ ਆ ਠੀਕ ਨਹੀਂ। ਦੇਖੋ ਮੁੱਖ ਮੰਤਰੀ ਤਾਂ ਬਹੁਤ ਤਰ੍ਹਾਂ ਦੇ ਆਏ ਹੈਗੇ ਆ, ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਜੀ ਆਏ ਸੀਗੇ ਜਾਂ ਕੈਪਟਨ ਸੀ ਸੀਗੇ ਅਤੇ ਉਹਨਾਂ ਦੀ ਇੱਕ ਫਲੋਸਫੀ ਸੀਗੀ, ਉਹ ਕੀ ਕਰਦੇ ਸੀਗੇ ਜਦੋਂ ਦੋ ਤਿੰਨ ਧਰਨੇ ਦਿੰਦੇ ਸੀਗੇ ਅਤੇ ਉਹ ਮਿਲ ਕੇ ਠੰਡੇ ਕਰ ਲੈਣ। ਸਾਡੇ ਭਗਵੰਤ ਮਾਨ ਸਾਹਿਬ ਜੀ ਕੋਲ ਟਾਈਮ ਹੈ ਨਹੀਂਗਾ, ਉਹ ਜਿੰਨੇ ਮਰਜ਼ੀ ਲਾਟੀਆਂ, ਕਿਉਂਕਿ ਸਾਡੇ 170 ਦਿਨ ਹੋ ਗਏ ਟੈਂਕੀ ਚੜ੍ਹਿਆਂ ਨੂੰ ਜਾਂ ਉੱਥੇ ਧਰਨੇ 'ਤੇ ਲੱਗੇ ਹੋਏ ਆ। ਸਾਡਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਭਗਵੰਤ ਮਾਨ ਅੱਜ ਤੱਕ ਇੱਕ ਮੀਟਿੰਗ ਨਹੀਂ ਕਰ ਸਕਿਆ ਜੀ। ਹੁਣ ਦੇਖੋ ਜੀ, ਅਸੀਂ ਹਮੇਸ਼ਾ ਟੇਬਲ ਟਾਕ ਲਈ ਤਤਪਰ ਰਹਿ ਰਹੇ ਹਾਂ। ਹੁਣ ਭਗਵੰਤ ਮਾਨ ਜੀ ਦੀ ਹੁਸ਼ਿਆਰਪੁਰ ਆਮਦ ਸੀ, ਭਗਵੰਤ ਮਾਨ ਜੀ ਦੀ ਗੁਰਦਾਸਪੁਰ ਆਮਦ ਸੀ, ਇਹਨਾਂ ਦੇ ਜਿਹੜੇ ਸਪੈਸ਼ਲ ਸੈਕਟਰੀ ਨੇ ਹਿਮਾਂਸ਼ੂ ਜੈਨ ਜੀ ਨੇ ਸਾਨੂੰ ਹੁਸ਼ਿਆਰਪੁਰ ਆਮਦ 'ਤੇ ਵੀ ਵਿਸ਼ਵਾਸ ਦਵਾਇਆ ਸੀ ਕਿ ਤੁਹਾਡੀ ਜਿਹੜੀ ਪੈਨਲ ਮੀਟਿੰਗ ਆ ਮੈਂ ਖੁਦ ਪਹਿਲ ਆਧਾਰ 'ਤੇ ਭਗਵੰਤ ਮਾਨ ਜੀ ਨਾਲ ਕਰਾਵਾਂਗਾ। ਹੁਸ਼ਿਆਰਪੁਰ ਵਾਲਾ ਵਾਦਾ ਵੀ ਨਹੀਂ ਵਫਾ ਹੋਇਆ। ਉਸ ਤੋਂ ਬਾਅਦ ਹੁਣ ਪਿੱਛੇ ਜੀ ਗੁਰਦਾਸਪੁਰ ਉਦਘਾਟਨ ਗਏ ਸੀ ਭਗਵੰਤ ਮਾਨ ਜੀ, ਕੇਜਰੀਵਾਲ ਜੀ ਆਏ ਸੀ, ਉੱਥੇ ਫਿਰ ਹਿਮਾਂਸ਼ੂ ਜੈਨ ਜੀ ਸਾਨੂੰ ਸਪੈਸ਼ਲ ਸੈਕਟਰੀ ਮਿਲੇ ਕਿ ਤੁਹਾਡਾ ਮੈਂ ਪਹਿਲ ਆਧਾਰ 'ਤੇ ਤਨਖਾਹ ਕਟੌਤੀ ਦਾ ਜਿਹੜਾ ਤੁਹਾਡਾ ਪ੍ਰੋਪਰ CSR ਰੂਲ ਮੁਤਾਬਕ ਤੁਹਾਨੂੰ ਪੱਕੇ ਕਰਾਉਣ ਦਾ ਜਿਹੜੀ ਪੈਨਲ ਮੀਟਿੰਗ ਆ ਭਗਵੰਤ ਮਾਨ ਜੀ ਨੂੰ ਕਰਾਵਾਂਗਾ। ਮੈਨੂੰ ਤਾਂ ਲੱਗਦਾ ਹੁਣ ਅਫਸਰ ਸ਼ਾਹੀ ਵੀ ਇਸ ਵਿੱਚ ਬੇਬਸ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਦੇ ਅੱਗੇ, ਕਿਉਂਕਿ ਉਹੀ ਮੁੱਖ ਮੰਤਰੀ ਸੀ ਜਿਹੜਾ ਸਾਨੂੰ ਚੋਣਾਂ ਦੇ ਵਿੱਚ 7 ਵਾਰੀ ਮਿਲਿਆ, ਉਹੀ ਮੁੱਖ ਮੰਤਰੀ ਹੈ ਅੱਜ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਰਿਹਾ, ਪੈਨਲ ਮੀਟਿੰਗ ਤੋਂ ਭੱਜ ਰਿਹਾ ਵਾ। ਭਾਈ ਸਾਹਿਬ ਕਿਵੇਂ ਦੇਖਦੇ ਹੋ ਜੀ ਹੁਣ ਜਿਹੜਾ ਇੱਕ ਇਹ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ? ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ, ਵਿਰੋਧੀ ਧਿਰਾਂ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਉੱਥੇ ਹਾਰ ਨਹੀਂ ਹੋਈ, ਜਿਹੜਾ ਲੋਕਾਂ ਨੇ ਉੱਥੇ ਚੋਣ ਪ੍ਰਚਾਰ ਕੀਤਾ ਉਹਨਾਂ ਦੀ ਜਿੱਤ ਹੋਈ ਹੈ, ਕੀ ਖਿਆਲ ਹੈ ਜੀ ਇਹਦੇ ਬਾਰੇ? ਬਿਲਕੁਲ ਜੀ, ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਿਰਫ ਇੱਕ ਮਸ਼ਹੂਰੀ ਦੀ ਸਰਕਾਰ ਸੀਗੀ ਜਿਨ੍ਹਾਂ ਨੇ ਮਸ਼ਹੂਰੀਆਂ ਕੀਤੀਆਂ ਸੀਗੀਆਂ, ਅਤੇ ਜਦੋਂ ਅਸਲ ਸੱਚਾਈ ਬਾਹਰ ਆ ਜਾਂਦੀ ਹੈ ਤਾਂ ਮਸ਼ਹੂਰੀਆਂ ਉਹ ਫੇਲ ਹੋ ਜਾਂਦੀਆਂ, ਅਤੇ ਉਹੀ ਜਿਹੜੀਆਂ 3 ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਹੋਇਆ ਵਾ ਕਿ ਜਿਹੜੀਆਂ ਮਸ਼ਹੂਰੀਆਂ ਕੀਤੀਆਂ ਸੀਗੀਆਂ ਅਤੇ ਉਹ ਪੰਜਾਬ ਦੇ ਲੋਕਾਂ ਨੇ ਉੱਥੇ ਜਾ ਕੇ ਜਦੋਂ ਸੱਚਾਈ ਉਹਨਾਂ ਨੂੰ ਦੱਸੀ ਕਿ ਇਹ ਮਸ਼ਹੂਰੀਆਂ ਹੀ ਹੈ, ਬਸ ਅਸਲ ਇਹਦੇ ਪਿੱਛੇ ਸੱਚਾਈ ਕੁਛ ਵੀ ਨਹੀਂ ਹੈਗੀ, ਸਿਰਫ ਮਸ਼ਹੂਰੀ ਆ ਜਿਹੜੀ ਦੇਖਣ ਨੂੰ ਤਾਂ ਸੋਹਣੀ ਲੱਗਦੀ ਆ, ਬਸ ਇਹਦੇ ਅਸਲ 'ਚ ਮਿਲਦਾ ਕੁਛ ਨਹੀਂਗਾ, ਸਿਰਫ ਇਹਨੂੰ ਦੇਖ ਹੀ ਸਕਦੇ ਆ ਤੁਸੀਂ। ਜਦੋਂ ਇਹ ਸੱਚਾਈ ਲੋਕਾਂ ਨੂੰ ਪਤਾ ਲੱਗ ਗਈ ਤਾਂ ਉਹਨਾਂ ਨੇ ਇਹਨਾਂ ਦਾ ਹਸ਼ਰ ਜੋ ਆ 3 ਸਟੇਟਾਂ 'ਚ ਕਰਤਾ, ਅਤੇ ਹੁਣ 4th ਸਟੇਟ ਜਿਹੜੀ ਪੰਜਾਬ 'ਚ ਐਮ ਪੀ ਇਲੈਕਸ਼ਨ ਦੀ ਆ, ਕਹਿੰਦੇ ਅਸੀਂ 13 ਸੀਟਾਂ ਜਿੱਤਾਂਗੇ, ਅਤੇ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਉਹ 13 ਤੋਂ 3 'ਤੇ ਆਉਂਦੀ ਹੈ ਕਿ 0 'ਤੇ ਆਉਂਦੀ ਹੈ। ਅਤੇ ਜਿਹੜੀ ਇਹ ਹੁਣ ਜਿਹੜੀਆਂ ਐਮ ਸੀ ਇਲੈਕਸ਼ਨਾਂ ਵੀ ਡਿਊ ਹੋਈਆਂ ਵੀ ਇਹ ਨਹੀਂ ਕਰਾ ਰਹੇ, ਕਿਉਂ ਨਹੀਂ ਕਰਾ ਰਹੇ? ਕਿਉਂਕਿ ਇਹਨਾਂ 'ਤੇ ਪ੍ਰੈਸ਼ਰ ਹੈ ਕਿ ਸਾਡਾ ਵੋਟ ਬੈਂਕ ਜਿਹੜਾ ਬਿਲਕੁਲ ਡਾਊਨ 'ਤੇ ਆਇਆ ਹੋਇਆ, ਅਤੇ ਜੇ ਅਸੀਂ ਐਮ ਸੀ ਇਲੈਕਸ਼ਨ ਕਰਾਉਂਦੇ ਹਾਂ ਤਾਂ ਸਾਡੇ ਤਾਂ ਕੌਂਸਲਰ ਕੀ ਸਾਡਾ ਮੇਅਰ ਵੀ ਨਹੀਂ ਕਿਤੇ ਬਣਨਾ, ਇਸ ਕਰਕੇ ਡਰੀ ਬੈਠੇ ਹੈ। ਇਹ ਸਿਰਫ ਆਵਾਜ਼ਾਂ ਹੀ ਕੱਢ ਰਹੇ, ਸਿਰਫ ਮਸ਼ਹੂਰੀਆਂ ਨਿਕਲ ਰਹੀਆਂ ਇਹਨਾਂ ਦੀਆਂ, ਹੋਰ ਇਹਨਾਂ ਦੇ ਪੱਲੇ ਕੁਛ ਵੀ ਨਹੀਂ ਹੈਗਾ। ਬਾਜੀ ਉਹ ਤਿੰਨਾਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਰੇ ਮੈਨੀਫੈਸਟੋ ਰੱਖੇ ਗਏ, ਉੱਤੇ ਲੋਕਾਂ ਨਾਲ ਵਾਅਦੇ ਕੀਤੇ ਗਏ ਕਿ ਜੇਕਰ ਸਾਡੀ ਸਰਕਾਰ ਬਣੂਗੀ ਤੁਹਾਨੂੰ ਆਹ ਜਿਹੜਾ ਹੈ ਨਾ ਅਸੀਂ ਲਾਭ ਦੇਵਾਂਗੇ। ਫਿਰ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਕਿਉਂ ਇਗਨੋਰ ਕੀਤਾ, ਤੁਹਾਡੀਆਂ ਗੱਲਾਂ ਵੱਲ ਕਿਉਂ ਜ਼ਿਆਦਾ ਧਿਆਨ ਦਿੱਤਾ ਲੋਕਾਂ? ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਇਹੀ ਵਾਅਦੇ ਜਿਹੜੇ ਸੀਗੇ ਹਰ ਸਟੇਟ 'ਚ, ਦਿੱਲੀ 'ਚ ਵੀ ਕੀਤੇ ਸੀ, ਪੰਜਾਬ 'ਚ ਵੀ ਕੀਤੇ ਸੀ, ਹਰਿਆਣੇ 'ਚ ਵੀ ਕੀਤੇ, ਰਾਜਸਥਾਨ 'ਚ ਵੀ ਕਰ ਰਹੇ ਆ, ਅਤੇ ਇਸ ਕਰਕੇ ਜਿਹੜੇ ਇਹ ਵਾਅਦੇ ਆ ਸਿਰਫ ਇਹ ਸਿਰਫ ਮੈਨੀਫੈਸਟੋ ਤੱਕ ਹੀ ਸੋਹਣੇ ਲੱਗਦੇ ਆ, ਇਹ ਅਸਲ 'ਚ ਇਹਨਾਂ ਨੂੰ ਲਾਗੂ ਨਹੀਂ ਕਰ ਰਹੇ, ਸਿਰਫ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਵਾਅਦੇ ਕਰਾਂਗੇ। ਜਿੱਦਾਂ ਉਹ ਮੰਗਣ ਜਾਂਦਾ ਨਾ, ਜਦੋਂ ਪਹਿਲਾਂ ਜਾਂਦਾ ਤਾਂ ਉਹ ਪੈਰੀ ਪੈਂਦਾ ਜੀ ਕਿ ਮੇਰੀ ਗੱਲ ਮੰਨ ਲਓ ਅਤੇ ਮੈਂ ਤੁਹਾਡਾ ਇਹ ਕੰਮ ਕਰਦਾਂਗਾ। ਜਦੋਂ ਤੁਸੀਂ ਉਹਦੀ ਗੱਲ ਮੰਨ ਲੈਂਦੇ ਨਾ, ਫਿਰ ਅਗਲਾ ਤੁਹਾਡੇ ਤੋਂ ਉੱਪਰ ਹੋ ਜਾਂਦਾ। ਹੁਣ ਉਹ ਸੱਤਾ 'ਚ ਆ ਗਏ ਆ, ਹੁਣ ਪਾਵਰ ਦਾ ਯੂਜ਼ ਕਰ ਰਹੇ ਆ, ਲੋਕਾਂ ਦੀ ਨਹੀਂ ਸੁਣ ਰਹੇ, ਉਹਨਾਂ ਨੂੰ ਸਿਰਫ ਆਪਣੀ ਪਾਵਰ ਦਾ ਨਸ਼ਾ ਦੇਖ ਰਿਹਾ, ਲੋਕਾਂ ਬਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਸਿਰਫ ਹੈਲੀਕਾਪਟਰਾਂ 'ਤੇ ਜਾ ਕੇ ਪ੍ਰਚਾਰ ਕਿੱਦਾਂ ਕਰਨਾ, ਝੂਠੇ ਕਿੱਦਾਂ ਲੈਣੇ ਆ, ਮੰਤਰੀਆਂ ਦੇ ਵਿਆਹਾਂ 'ਤੇ ਜਾ ਕੇ ਉੱਥੇ ਕਿੱਦਾਂ ਆਪਾਂ ਫੋਟੋਆਂ ਖਿਚਾਉਣੀਆਂ, ਸਿਰਫ ਉਹਨਾਂ ਨੂੰ ਉਹੀ ਦਿਖਦਾ ਪਿਆ, ਆਮ ਜਨਤਾ ਬਾਰੇ ਨਹੀਂ ਉਹ ਸੋਚ ਰਹੇ। ਵੈਸੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੇ 215 ਉਮੀਦਵਾਰਾਂ ਦੇ ਵਿੱਚੋਂ ਕੋਈ ਉਮੀਦਵਾਰ ਵੀ ਨਹੀਂ ਜਿੱਤਦਾ, ਉਦੋਂ ਕੱਲ੍ਹ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਜਦੋਂ ਨਤੀਜੇ ਐਲਾਨੇ ਜਾ ਰਹੇ ਸੀਗੇ? ਸਰ, ਇਹ ਸੰਘਰਸ਼ਾਂ ਦੀ ਜਿੱਤ ਹੁੰਦੀ ਹੈ ਜੀ, ਜਦੋਂ ਇਹ ਨਤੀਜੇ ਐਲਾਨੇ ਜਾ ਰਹੇ ਸੀ ਇੱਥੋਂ ਪਤਾ ਲੱਗਦਾ ਕਿ ਲੋਕ ਜਾਗਰੂਕ ਹੋ ਚੁੱਕੇ ਨੇ, ਲੋਕਾਂ ਤੱਕ ਸਾਡੀ ਆਵਾਜ਼ ਪਹੁੰਚ ਚੁੱਕੀ ਨੇ। ਇਹੀ ਆਵਾਜ਼ ਹੁਣ ਜਿਹੜੀਆਂ ਪੰਜਾਬ ਦੇ ਵਿੱਚ 2024 ਇਲੈਕਸ਼ਨਾਂ ਹੋਣੀਆਂ ਇਹਦੇ ਵਿੱਚ ਆਵਾਜ਼ ਪਹੁੰਚੂਗੀ। ਇੱਕ ਮੈਂ ਇੱਕ ਹੋਰ ਗੱਲ ਕਰਨਾ ਚਾਹੂੰਗਾ, ਇੱਕ ਪਾਸੇ ਇਹਨਾਂ ਦੇ ਲੀਡਰ ਸਾਹਿਬਾਨ, ਮੰਤਰੀ ਸਾਹਿਬਾਨ, MLA ਸਾਹਿਬਾਨ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਲਾ ਰੀਲਾਂ ਪਾ ਰਹੇ ਨੇ, ਉਹਨੂੰ ਇਨਸਾਫ਼ ਕਿਉਂ ਨਹੀਂ ਦਿਵਾ ਰਹੇ? ਜੇ ਤੁਹਾਨੂੰ ਇੰਨਾ ਹੀ ਹੈ ਤਾਂ ਉਹਨਾਂ ਨੂੰ ਇਨਸਾਫ਼ ਦਿਵਾਓ। ਤੁਸੀਂ ਰੀਲਾਂ ਮਾਰ ਰਹੇ ਹੋ, ਅਕਸਰ ਗਾਣੇ ਉਹਦੇ ਯੂਜ਼ ਕਰ ਰਹੇ ਹੋ, ਰੀਲਾਂ ਤੁਸੀਂ ਆਪਣੀਆਂ ਬਣਾ ਰਹੇ ਹੋ, ਇਨਸਾਫ਼ ਵਿਚਾਰੇ ਨੂੰ ਮਿਲ ਨਹੀਂ ਰਿਹਾ, ਠੀਕ ਹੈ ਨਾ? ਇਸੇ ਤਰ੍ਹਾਂ ਹੀ ਹੈ, ਪੰਜਾਬ ਦੀ ਜਨਤਾ ਹੁਣ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੀ ਹੈ, ਇਹਨਾਂ ਨੂੰ ਪੂਰੀ ਧੂੜ ਚੁਕਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ, 2024 ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ, ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਮਿਲਦਾ, ਇਹਨਾਂ ਨੇ
हूँ सब कमेटियां बन के सही नहीं सरना नहीं जिम्मे पुरानिया सरकार की लहद चल पे ने जिदा वो सब कमेटियां बना के सार दें ये भी सब कमेटियां बना के सार रहे हैं इंप्लीमेंटेशन करो तुम इंप्लीमेंट की कर रहे हो शगूफे छड़ी आ रहे हो असी 1000 रुपया लेडीज़ नूं देवांगे तुसीं रोज़गार दवो बच्चियां नूं हर घर दे विच इक रोज़गार होना चाहिए वा वह बिजली दे बिल आप ही दे लैणगे रोटी पानी आप ही राशन लै आणगे तुसीं कम से कम रोज़गार दे दो पढ़े लिखे लोग जिहड़े हैगे ने एक मान लो कोई अध्यापक आ कोई नॉन टीचिंग वर्ग आ वह 20-20 हज़ार 25-25 हज़ार से काम कर रहे हैं देखो 5-5 हज़ार 6-6 हज़ार से काम करने एक PhD होल्डर है वह भी 30 हज़ार डॉक्टर भी 30 हज़ार से कितों है इक्वल वर्क इक्वल पे कितने गई ताड़ी कि सेम सीट दे बंदा काम कर रहा वो 1,00,000 रुपया सैलरी लै रहा उही सेम सीट दे सेम काम कर रहा बंदा उही 20,000-15,000 रुपया लै रहा दसो कि इन्हां दे MLA मंत्री एदा तनखावां लै रहे ने जे मान लो एक मंत्री MLA तनखाह च किन्ना क डिफरेंस है जे अपनी किसी IAS लॉबी की इन्होंने सैलरी या कुछ भी वधाना होए मिंटो मिंट इन्हे साइन हो जाते रातों रात सैक्रटेट दाइटा भी जग जाए ने तो जब गल मुलाजमान की आती है मुलाजम पक्षी गल कोई आती है उत्थे उस फाइल नूं दब लिया जाता है उससे कार्रवाई नहीं की जाती ये मुलाजमान नूं मजबूर करते हैं सड़कां चुनन लई कोई मुलाजमान शौक नहीं सड़कां ते आंदा ये मुलाजमान मजबूर कर रहे हैं डिबेटा का सद्दा दिंदे ने ते आप जिहड़े आम पंजाब दे लोग ने पंजाब दा पढ़िया लिखिया वर्ग आ उन्हां नूं मिलन तो भजदे ने उन्हां नूं मजबूरन सड़कां ते आना पैंदा साडी इक्को इक मंग है कि असी सिक्ख्या विभाग सर्व सिक्ख्या अभियान अधीन भर्ती होए सी प्रोपर CSR रूल भर्ती होए सी ठीक है जी प्रोपर रोस्टर के मुताबिक पक्के होए ही सानू पक्का किया जाए जिहड़ा इन्हें भगवंत मान ने 7 मीटिंगां 'च वादा किया वा कि जिहड़े बंदे पारदर्शी तरीके नाल भर्ते हैं जिहड़े ते एक हरा पेन चलना वा जे स्याही मुक्की है हरे पेन की तो असी खुद इन्हों नूं स्याही लिया के दिने आ साडे साइन करन स्पैशल दिव्यांग बच्चों पढ़ाने वाले साडे IRT साथी ने सेम प्रोजेक्ट अधीन ठीक है जी उन्होंने भी पक्का नहीं किया जाए वह भी प्रोपर चैनल थ्रू भर्ती हुए हैं साड़ी देखो एक मंग आ नहीं तो संघर्ष होर तेज किया जाऊगा अगे तो संगरूर वाली टैंकी लभदी सी ना हूँ इन्हों हर एक टैंकी दे एक नौजवान पलायन पंजाब का मुलाजम चढ़िया होया मिलेगा आने वाले समय च साड़ी सीधी चेतावनी है सरकार नूं साडे को करन या मरन वास्ते हुण कुछ नहीं बचिया अद्धी जवानी असी इस सरकार पंजाब सरकार नूं दे चुके हैं महकमे नूं दे चुके हैं हुण जां ते असी करांगे या ते मरांगे क्योंकि अद्धी तो जवानी असी साडी ओवरएज होण दी कगार ते है ये सरकारां ने ते पखंड फड़िया होया वे जिहड़ी सरकार आंदी इन्ने मुलाजम पक्के कर दिते किन्ने मुलाजम पक्के कर एक भी मुलाजम दिखा रहे जिहड़ा सरकार ने पक्का किया यार किन्ना क झूठ बोलोगे तुसीं आम पब्लिक दे अगे लोकां नूं गुमराह कर रहे हो तुसीं जी कहते गलतियां सुधारन वाला भी इंसान होंदा है गलतियां करन वाला भी इंसान होंदा है जेकर मान लो उन्हां गलतियां नूं देखदिया होया तुहाडियां मंगां वल गौर फरमाया जांदा तो उन्हूं पक्कियां कर दिता जांदा तुहाडियां मंगां मनियां जांदियां ने फिर तुसीं आम आदमी पार्टी का शुक्रिया करोगे जी देखो जी इन्हां ने आने तो पहले कहा सी कि बदलाव आ जे अज कुर्सी ते बैठे आ सत्ता दे विच बैठे आ इह साडी बदौलत ही बैठे ने असी ही इहनूं जिताया वा जे असी इहनूं जिता सकदे असी इहनूं कुर्सी तों थल्ले लाणा वी जाणदे आ ठीक है जी साडिया ने हकी मंगा है असी अपनी जवानी दिती है महकमे नू ठीक है साडी हकी मंगा वा असी कोई भीख ते मंग नहीं रहे असी प्रोपर टैसट दे के आए रिटर्न टैसट होए साडे प्रोपर रोस्टर बनया प्रोपर मैरिट बनी है दसो किस पासों असी मार खा रहे हैं यही गल हरपाल चीमा जी दसन कि पारदर्शी तरीके वाले भर्ती मुलाजमान तुसी क्यों नहीं पक्का कर रहे आने वाले समय जो तुसी कह रहे थे कि शायद मे भी कोई डिप्टी CM लाया जाऊगा तो देख लो तुहाडी कुर्सी ते हले तुहानू मिली नहीं कि पहले ना थले ला दी है अच्छा जिहड़े चोणां तो पहला आप 2022 दीआं चोणां तो पहला जदों मुख्यमंत्री भगवंत सिंह मान पंजाब दे मुख्यमंत्री नहीं सी MP सीगे वह MP चेहरा तो हुण CM चेहरा उहदे विच की फर्क नज़र आ रहा वो जमीन आसमान का फर्क है जी कहिंदे आ ना जदों बंदा कुर्सी दे थले हुंदा तो कुछ होर हुंदा जदों कुर्सी ते बह जांदा उदों कुछ होर हुंदा वा पिछे जी इत्थे असीं इहनूं मिलण गए इन्हां ने अपना आदमपुर आना सी उद्घाटन करन आना सी मैं इन्हां नूं हाथ लांदा रह गया ते इन्हां दे इगनोरेंस पता सब कुछ सामने खड़ा है 7 वारी जिन्ना मीटिंग की हो तो उन्होंने पता नहीं होंगे कि बंदा बिल्कुल जेन्यून है खड़ा वा वो इग्नोर कर रहे हैं सिर्फ से सिर्फ होर कुछ नहीं कर रहे इग्नोर कर देंगे कि ये छड़ यार कारण की मानते हो यही जो MP सानू 2017-18 की गल है ये सानू दैनिक सवेरा के दफ्तर मिले से बिल्कुल यानी कि असी कहते कि भगवंत मर्ग बंदा ही नहीं कहता मैं पहल के आधार से मंग चकांगे ये कुछ असी उस चक्कर से इन्हें वोट पाती जिता दा कि ठीक है जी बदलाव आऊगा पर भगवंत मान का हूँ वादा वफा नहीं होया बेवफा हो गया भगवंत मान अज अच्छा सरदार साहब आ जाओ इधर तुम भी किमें देखते हो जी जिहड़ा एक जित हुई है किस्म की जिम्मे सारे डिस्कशन कर रहे थे भी भाई आम आदमी पार्टी के 3 सूबे हार हुई है तो आ जे टीचर ने जोड़े नॉन टीचिंग स्टाफ है इन्होंने उत्तर प्रचार किया कहते साड़ी जित हो गई है जी सर मैं इस बारे ने एक कमेंट नहीं करना चाहूँगा मैं ये कहना चाहूँगा कि साडा जिहड़ा मुद्दा है वो हैगा है रैगुलर होने का असी अपने रैगुलर होने के मुद्दे नूं अगे कह रहे हैं कि सानू रैगुलर किया जाए साडी जिहड़ी डिमांड है वो रैगुलर होने लई हैगी है कि असी इन्ने सालों तो
जिहड़े हैगे आ कॉन्ट्रैक्ट दे उत्ते लगे आ साडे नाल दे साथी जिहड़े अध्यापक साथी है उहनां नूं जदों एक फेज़ दे बाद रैगूलर कर दिता गया सेम डिपार्टमेंट होण दे बाद सानूं क्यों नहीं किया गया। असीं तां इस जिहड़ा जिहड़ा मतरेई माँ वाला बिहेवियर साडे नाल होया इस दे खिलाफ हैगे आ कि सानूं वी जिहड़ा पूर्ण बैनीफिट दे नाल रैगूलर किया जाए। तो भाई जी आने वाली अगली रणनीति तुहाडी की हैगी 24 दीआं चोणां भी आने वाली है ना दावा आम आदमी पार्टी वालों भी ठोकिया जा रहा कि असीं 13 दीआं 13 सीटां जितांगे नगर निगम दीआं चोणां भी आने वाली है पंचायती चोणां भी होणगीआं है ना उहदे वास्ते तुहाडी रणनीति की हैगी। ਸਾਡੇ ਵੱਲੋਂ ਤਾਂ ਸਿੱਧਾ ਸੰਕੇਤ ਹੈ ਸੰਘਰਸ਼ ਨੂੰ ਬਿਲਕੁਲ ਤੇਖਾ ਅਤੇ ਤੇਜ਼ ਤਰਾਰ ਕੀਤਾ ਜਾਊਗਾ ਸਾਡੀ ਸਿੱਧੀ ਚੇਤਾਵਨੀ ਹੈ ਅਸੀਂ ਅੱਧੀ ਜਵਾਨੀ ਗਾਲ ਚੁੱਕੇ ਹਾਂ ਸਾਡੇ ਕੋਲ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਸੰਗਰੂਰ ਟੈਂਕੀ 'ਤੇ ਸਾਡਾ ਵੀਰ ਇੰਦਰਜੀਤ ਚੜਿਆ ਹੋਇਆ ਵਾ ਟੈਂਕੀਆਂ ਬਹੁਤ ਸਾਰੀਆਂ ਨੇ ਪੰਜਾਬ ਦੇ ਵਿੱਚ ਇਕੱਲਾ ਇਕੱਲਾ ਮੁਲਾਜ਼ਮ ਜਾ ਕੇ ਜਿੰਦਾਬਾਦ ਮੁਰਦਾਬਾਦ ਕਰੂਗਾ ਇਹਨਾਂ ਦੀ ਕਿਉਂਕਿ ਇਹਨਾਂ ਨੇ ਸਾਡੀ ਜਵਾਨੀ ਰੋਲਤੀ ਹੈ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਜਿਹੜਾ ਕਿ ਸਾਡਾ ਬਿਲਕੁਲ ਜੈਨੂਇਨ ਹੱਕ ਆ ਬਟ ਉਹ ਵੀ ਸਰਕਾਰ ਦੇਣ ਤੋਂ ਭੱਜ ਰਹੀ ਹੈ ਫਿਰ ਇਹ ਵਾਅਦਾ ਹੀ ਨਾ ਕਰਦੇ ਜੇ ਇਹ ਪੂਰੇ ਨਹੀਂ ਸੀ ਕਰ ਸਕਦੇ ਤਾਂ ਵਾਅਦਾ ਹੀ ਨਾ ਕਰਦੇ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਤਰਾਰ ਕੀਤਾ ਜਾ ਕੇ ਅਤੇ ਗੁਪਤ ਐਕਸ਼ਨ ਵੀ ਲਿਖੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਦਰਸ਼ਕੋ ਇਹ ਸਨ ਸਾਡੇ ਨਾਲ ਨੋਟ ਟੀਚਿੰਗ ਸਟਾਫ ਜਿਨ੍ਹਾਂ ਵੱਲੋਂ ਰਾਜਸਥਾਨ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਖਿਲਾਫ਼ ਪ੍ਰਚਾਰ ਕੀਤਾ ਜਾਂਦਾ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਦਿਖਾਉਂਦਿਆ ਹੋਇਆ ਪੰਜਾਬ ਦੀ ਚਾਹੇ ਗੱਲ ਕਰ ਲਈਏ ਚਾਹੇ ਦਿੱਲੀ ਦੀ ਗੱਲ ਕਰ ਲਈਏ ਪ੍ਰਾਪਤੀਆਂ ਦਿਖਾ ਕੇ ਰਾਜਸਥਾਨ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ। ਦੂਸਰੇ ਪਾਸੇ ਇਹਨਾਂ ਅਧਿਆਪਕਾਂ ਵੱਲੋਂ ਨੋਨ ਟੀਚਿੰਗ ਸਟਾਫਸ ਵੱਲੋਂ ਜਾਂ ਪੰਜਾਬ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਯੂਨੀਅਨਾਂ ਨੇ ਅਧਿਆਪਕ ਯੂਨੀਅਨ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕੀਤੀ ਜਾਏ ਜਿਸ ਦੇ ਚੱਲਦਿਆਂ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਨੂੰ ਸੁਣਿਆ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕੀਤੀ। ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਉੱਥੋਂ ਹਾਰਦੇ ਨੇ ਤਾਂ ਜਿਸ ਉਸਦੇ ਚੱਲਦਿਆਂ ਅੱਜ ਇਹ ਖੁਸ਼ ਵੀ ਨਜ਼ਰ ਆ ਰਹੇ ਨੇ। ਇਹਨਾਂ ਦਾ ਕਹਿਣਾ ਇਹੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਉਲੀਕੇ ਜਾਣਗੇ। ਤਾਂ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦੀ ਹਰੇਕ ਟੈਂਕੀ 'ਤੇ ਇੱਕ ਨਾ ਇੱਕ ਜਿਹੜਾ ਬੇਰੁਜ਼ਗਾਰ ਅਧਿਆਪਕ ਨੋਨ ਟੀਚਿੰਗ ਸਟਾਫ ਦਾ ਇੱਕ ਨਾ ਇੱਕ ਮੈਂਬਰ ਜ਼ਰੂਰ ਦੇਖਣ ਨੂੰ ਮਿਲੇਗਾ। ਦੇਖਣਾ ਹੋਏਗਾ ਕਿ ਕਦੋਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਗੌਰ ਫਰਮਾਇਆ ਜਾਂਦਾ ਹੈ। ਕੈਮਰਾਮੈਨ ਮਨਜਿੰਦਰ ਸਿੰਘ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ ਲੋਕ ਆਵਾਜ਼ ਟੀਵੀ ਜਲੰਧਰ।